ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ। ਸਤ ਸੰਗਤ, ਜਿਹੜੀਆਂ ਬੇਨਤੀਆਂ ਅੱਜ ਆਪਾਂ ਸਾਂਝੀਆਂ ਕਰਾਂਗੇ, ਸੋ ਗੁਰਮੁਖ ਪਿਆਰਿਓ, ਉਹ ਬੇਨਤੀਆਂ ਸਮਝਿਓ ਜ਼ਰਾ ਇੱਕ ਵਾਰ। ਸੋ ਸਾਡੇ ਇਨਸਾਨਾਂ ਨੂੰ ਦੂਜੇ ਗ੍ਰਹਿ 'ਤੇ ਸ਼ਿਫਟ ਹੋਣਾ ਪੈਣਾ, ਦੂਜੇ ਗ੍ਰਹਿ 'ਤੇ ਜਾਣਾ ਪੈਣਾ, ਇਹਦੀ ਸੱਚਾਈ ਕੀ ਹੈ? ਸਾਡੇ ਲੋਕ ਦੂਜੇ ਗ੍ਰਹਿ 'ਤੇ ਜਾ ਕੇ ਸ਼ਿਫਟ ਹੋਣਗੇ, ਉਹਦਾ ਕਾਰਨ ਕੀ ਹੈ? ਆਪਾਂ ਜਿਹੜਾ ਹੈ ਸਮਝਾਂਗੇ। ਪਹਿਲਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਬਾਬਾ ਵਿੰਗਾ ਦਾ ਨਾਂ ਤੁਸੀਂ ਸੁਣਿਆ ਹੋਣਾ ਹੈ, ਅਤੇ ਉਹਨਾਂ ਦੀ ਕਹੀ ਇੱਕ ਗੱਲ ਕਾਫੀ ਜ਼ਿਆਦਾ ਅੱਜ ਪ੍ਰਚਲਿਤ ਹੈ, ਧਰਤੀ ਛੱਡ ਕੇ ਦੂਜੇ ਗ੍ਰਹਿ ਚਾਲੇ ਪਾਉਣਗੇ ਇਨਸਾਨ। ਯੂਰਪ ਦੇ ਵਿੱਚ ਮੁਸਲਿਮ ਸ਼ਾਸਨ, ਬਾਬਾ ਵਿੰਗਾ ਨੇ ਡਰਾਉਣੀਆਂ ਭਵਿੱਖਬਾਣੀਆਂ ਕੀਤੀਆਂ ਹੋਈਆਂ ਨੇ, ਇਹ ਗੱਲਾਂ 'ਤੇ ਆਪਾਂ ਗੱਲਬਾਤ ਸਾਂਝੀ ਜ਼ਰੂਰ ਕਰਾਂਗੇ। ਸਾਧ ਸੰਗਤ, ਵੈਂਗਲੀਆ ਪਾਂਦੇਵਾ ਗੁਸਤੇਰੋਵਾ, ਯਾਨੀ ਕਿ ਬਾਬਾ ਵਿੰਗਾ ਇੱਕ ਬੁਲਗਾਰੀਆਈ ਨਵੀ ਸੀ, ਉਹਦਾ ਜਨਮ 1911 ਦੇ ਵਿੱਚ ਹੋਇਆ ਸੀ। 1996 ਦੇ ਵਿੱਚ 85 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ, ਅਤੇ ਉਹਨਾਂ ਦੀਆਂ ਭਵਿੱਖਬਾਣੀਆਂ ਕਾਫੀ ਡਰਾਉਣੀਆਂ ਰਹੀਆਂ ਨੇ। ਉਹਨਾਂ ਨੂੰ ਇੱਕ ਅੰਨਾ ਰਹੱਸਵਾਦੀ ਪੈਗੰਬਰ ਮੰਨਿਆ ਜਾਂਦਾ ਹੈ, ਜਿਸ ਦੀ ਮੌਤ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ, ਅੱਜ ਤੱਕ ਚਰਚਾ ਹੁੰਦੀ ਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਨੇ। ਹੁਣ ਯਕੀਨ ਹੈ, ਵਿਸ਼ਵਾਸ ਹੈ ਕਿ ਜੋ ਉਹਨਾਂ ਨੇ ਕਿਹਾ ਹੋਇਆ ਆਉਣ ਵਾਲੇ ਸਮੇਂ ਦੇ ਲਈ, ਉਹ ਵੀ ਸੱਚ ਹੋਏਗਾ, ਉਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਉਸਨੂੰ ਬਾਲਕਨਸ ਦਾ ਨੋਸਟ੍ਰਾਡਰੇਮਸ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹ 12 ਸਾਲ ਦੀ ਉਮਰ ਦੇ ਵਿੱਚ ਅੱਖਾਂ ਦੀ ਰੋਸ਼ਨੀ ਗੁਆ ਬੈਠੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਭਵਿੱਖਬਾਣੀ ਦੀ ਅਨੋਖੀ ਸ਼ਕਤੀ ਮਿਲੀ ਉਹਨਾਂ ਨੂੰ ਭਵਿੱਖਬਾਣੀ। ਉਹਨਾਂ ਨੂੰ ਮੂਹਰਲਾ ਸਮਾਂ ਜਿਹੜਾ ਸੀ ਜਾਣਨ ਲੱਗ ਪਿਆ ਸੀ। ਕੁਝ ਲੋਕਾਂ ਦਾ ਦਾਅਵਾ ਹੈ ਕਿ ਵਿੰਗਾ ਬਾਬਾ ਨੇ 11 ਸਤੰਬਰ 2001 ਨੂੰ ਨਿਊਯਾਰਕ ਦੇ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਭਵਿੱਖਬਾਣੀ ਕੀਤੀ ਸੀ, ਜੋ ਕਿ ਸੱਚ ਸਾਬਤ ਹੋਈ ਹੈ। ਬਾਬਾ ਨੇ ਦਾਅਵਾ ਕੀਤਾ ਸੀ ਕਿ ਨਿਊਯਾਰਕ ਦੇ ਅਸਮਾਨ ਦੇ ਵਿੱਚ ਧਾਤੂ ਦੇ ਬਣੇ ਦੋ ਪੰਛੀ ਟਕਰਾ ਜਾਣਗੇ, ਜਿਸ ਤੋਂ ਬਾਅਦ ਝਾੜੀਆਂ ਦੇ ਵਿੱਚੋਂ ਬਘਿਆੜਾਂ ਦੀਆਂ ਚੀਕਾਂ ਗੂੰਜਣਗੀਆਂ, ਬੇਕਸੂਰ ਲੋਕਾਂ ਦਾ ਖੂਨ ਪਾਣੀ ਦੇ ਵਿੱਚ ਵਹਿ ਜਾਵੇਗਾ। ਮੰਨਿਆ ਜਾ ਰਿਹਾ ਕਿ ਇਹਨਾਂ ਦਾ ਸੰਬੰਧ ਪੈਂਟਾਗਨ ਦੇ ਹਮਲੇ ਨਾਲ ਸੀ। ਬਾਬਾ ਵਿੰਗਾ ਨੇ ਤਾਂ ਦੁਨੀਆ ਦੇ ਅੰਤ ਦੀ ਤਾਰੀਖ ਵੀ ਦੱਸ ਦਿੱਤੀ ਹੋਈ ਹੈ। ਬਾਬਾ ਵਿੰਗਾ ਦੇ ਅਨੁਸਾਰ 50,079 ਦੇ ਵਿੱਚ ਮਨੁੱਖਾ ਜਨਮ ਦਾ ਅੰਤ ਹੋਣਾ ਹੈ। ਇਹ ਬ੍ਰਹਿਮੰਡ ਵਿੱਚ ਕਿਸੇ ਵੀ ਵੱਡੀ ਘਟਨਾ ਕਾਰਨ ਇਹ ਵਾਪਰੇਗੀ ਘਟਨਾ, ਅਤੇ ਹੁਣ ਤੱਕ ਸੱਚ ਦੱਸਿਆ ਜੋ ਉਹਨਾਂ ਨੇ ਕਿਹਾ। ਵਿੰਗਾ ਬਾਬਾ ਨੇ 2025 ਬਾਰੇ ਭਵਿੱਖਬਾਣੀ ਕੀਤੀ ਹੈ। ਬਾਬਾ ਵਿੰਗਾ ਨੇ ਕਿਹਾ ਕਿ ਯੁੱਧ ਹੋਵੇਗਾ, ਜਿਸ ਨਾਲ ਯੂਰਪ ਦੀ ਆਬਾਦੀ ਘੱਟ ਜਾਵੇਗੀ। ਇਸਦੇ ਨਾਲ ਹੀ 2028 ਦੇ ਵਿੱਚ ਮਨੁੱਖ ਊਰਜਾ ਦੇ ਨਵੇਂ ਸਰੋਤਾਂ ਦੀ ਖੋਜ ਵਿੱਚ ਵੀਨਸ ਤੱਕ ਪਹੁੰਚ ਜਾਵੇਗਾ। 2023 ਦੇ ਵਿੱਚ ਗਲੇਸ਼ੀਅਰ ਤੇਜ਼ੀ ਦੇ ਨਾਲ ਪਿਘਲਣੇ ਸ਼ੁਰੂ ਹੋ ਜਾਣਗੇ, ਜਿਸ ਕਾਰਨ ਸਮੁੰਦਰ ਦਾ ਪੱਧਰ ਕਾਫੀ ਵੱਧ ਜਾਏਗਾ।
2043 ਦੇ ਵਿੱਚ ਯੂਰਪ ਦੇ ਵਿੱਚ ਮੁਸਲਮਾਨ ਸ਼ਾਸਕਾਂ ਦਾ ਰਾਜ ਕਾਬਜ਼ ਹੋ ਜਾਏਗਾ, ਉਹ ਰਾਜ ਕਰਨਗੇ, ਉਹਨਾਂ ਦਾ ਰਾਜ ਹੋਵੇਗਾ। 2076 ਦੇ ਵਿੱਚ ਕਮਿਊਨਿਜ਼ਮ ਫੈਲੇਗਾ ਸਾਰੀ ਦੁਨੀਆ ਦੇ ਵਿੱਚ, ਜਿੱਥੇ ਕਮਿਊਨਿਸਟ ਵਾਪਸ ਆਉਣਗੇ। 2100 ਦੇ ਵਿੱਚ ਸੂਰਜ ਦੀ ਰੌਸ਼ਨੀ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਫੈਲਣੀ ਸ਼ੁਰੂ ਹੋ ਜਾਵੇਗੀ। 2130 ਦੇ ਵਿੱਚ ਮਨੁੱਖ ਬਾਹਰੀ ਸੱਭਿਅਤਾਵਾਂ ਏਲੀਅਨ ਦੇ ਸੰਪਰਕ ਦੇ ਵਿੱਚ ਆਉਣਾ ਸ਼ੁਰੂ ਕਰ ਦੇਵੇਗਾ, ਭਾਵ ਉਹਨਾਂ ਦੇ ਨਾਲ ਤਾਲਮੇਲ ਹੋਰ ਗੱਲਾਂ ਬਾਤਾਂ ਚੱਲਣਗੀਆਂ। ਦੁਨੀਆ ਨੂੰ 2170 ਦੇ ਵਿੱਚ ਸੋਕੇ ਦਾ ਸਾਹਮਣਾ ਵੀ ਕਰਨਾ ਪਏਗਾ, ਸਭ ਤੋਂ ਵੱਡੀ ਚੁਣੌਤੀ ਹੈ ਸਾਡੇ ਲਈ, ਉਹ ਤਾਂ ਸਾਨੂੰ ਸੰਕੇਤ ਮਿਲਣੇ ਸ਼ੁਰੂ ਵੀ ਹੋ ਗਏ ਨੇ। ਪਾਣੀ ਦਾ ਪੱਧਰ ਅੱਜ ਤੋਂ 15 ਸਾਲ ਪਿੱਛੇ ਵੇਖੀਏ, 20 ਸਾਲ, 25 ਸਾਲ ਵੇਖੀਏ, ਚਲੋ ਜਿੰਨੇ ਅਸੀਂ ਬੈਠੇ ਹਾਂ, ਪਾਣੀ ਦਾ ਪੱਧਰ ਕਿੰਨਾ ਸੀ? ਮੇਰੇ ਖਿਆਲ ਦੇ ਵਿੱਚ ਜੇ ਬਹੁਤਾ ਨਹੀਂ ਤਾਂ ਅੱਜ ਤੋਂ 16-17 ਕੁ ਸਾਲ ਪਹਿਲਾਂ ਨਲਕੇ ਚੱਲਦੇ ਤਾਂ ਮੈਂ ਵੇਖੇ ਆ, ਤੁਸੀਂ ਵੀ ਵੇਖੇ ਹੋਣਗੇ, ਪਿੰਡਾਂ ਸ਼ਹਿਰਾਂ ਸਾਂਝੀਆਂ ਥਾਵਾਂ 'ਤੇ ਨਲਕੇ ਹੁੰਦੇ ਸੀ, ਜਾਂ ਰੋਡਾਂ 'ਤੇ ਵੀ ਕਈ ਥਾਂ 'ਤੇ ਨਲਕੇ ਹੁੰਦੇ ਸੀ ਰਾਹਗੀਰਾਂ ਦੇ ਪਾਣੀ ਪੀਣ ਵਾਸਤੇ, ਅਤੇ ਉਸ ਨਲਕੇ ਜਿਹੜੇ ਸੀ ਗੇੜਨਾ ਪੈਂਦਾ ਸੀ, ਪਾਣੀ ਆਉਂਦਾ ਸੀ। ਅਤੇ ਜੇ ਬਹੁਤਾ ਨਹੀਂ ਤਾਂ ਮੈਂ 70-80 ਕੁ ਫੁੱਟ 'ਤੇ ਨਲਕਾ ਲੱਗਦਾ ਵੇਖਿਆ, ਜਿੰਨਾ ਕੁ ਮੇਰਾ ਅੰਦਾਜ਼ਾ ਆ, ਹੋ ਸਕਦਾ ਇੱਦੋਂ ਵੀ ਘੱਟ ਲੱਗਦਾ ਹੋਵੇ ਜਾਂ ਥੋੜ੍ਹਾ ਜਿਹਾ ਵੱਧ ਲੱਗਦਾ ਹੋਵੇ, ਪਰ 70-80 ਫੁੱਟ 'ਤੇ ਜਿਹੜਾ ਸੀ ਉਹ ਨਲਕਾ ਲੱਗ ਜਾਂਦਾ ਸੀ। ਪਾਣੀ ਦਾ ਪੱਧਰ ਇੰਨਾ ਘੱਟ ਗਿਆ, ਅੱਜ 250-300 'ਤੇ ਬੋਰ ਹੋਣ ਲੱਗ ਗਏ, 350-300 'ਤੇ ਬੋਰ ਕਰਦੇ ਨੇ। ਮੈਨੂੰ ਬੋਰਾਂ ਵਾਲਾ ਇੱਕ ਵੀਰ ਜਾਣਦਾ, ਉਹਨੇ ਦੱਸਿਆ ਸੀ, ਕਹਿੰਦਾ 350-300 'ਤੇ ਬੋਰ ਅਸੀਂ ਕਰਨੇ ਸ਼ੁਰੂ ਕਰ ਦਿੱਤੇ ਨੇ, ਤੁਸੀਂ ਹਿਸਾਬ ਲਾਓ ਵੀ ਪਾਣੀ ਕਿੰਨਾ ਨੀਚੇ ਚਲਿਆ ਗਿਆ। ਸੋਕੇ ਵੱਲ ਅਸੀਂ ਵੱਧ ਰਹੇ ਹਾਂ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਸੋਕਾ ਸ਼ੁਰੂ ਹੈ ਸਾਡੇ ਵੰਨੀਓਂ ਤਾਂ। ਸਾਧ ਸੰਗਤ, 30005 ਦੇ ਵਿੱਚ ਮੰਗਲ ਗ੍ਰਹਿ 'ਤੇ ਜੰਗ ਹੋਏਗੀ, ਧਰਤੀ 3797 ਦੇ ਵਿੱਚ ਤਬਾਹ ਹੋਣੀ ਸ਼ੁਰੂ ਹੋ ਜਾਏਗੀ, ਤਬਾਹ ਹੋ ਹੀ ਜਾਏਗੀ ਲਗਭਗ, ਜੋ ਬਾਬਾ ਵੇਂਗਾ ਨੇ ਕਿਹਾ। ਮਨੁੱਖ ਨੂੰ ਰਹਿਣ ਲਈ ਕਿਸੇ ਹੋਰ ਗ੍ਰਹਿ 'ਤੇ ਜਾਣਾ ਪਵੇਗਾ, ਭਾਵ ਮਨੁੱਖ ਦੇ ਰਹਿਣ ਲਈ ਇਹ ਧਰਤੀ ਜਿਹੜੀ ਹੈ ਉਹ ਬਚੇਗੀ ਨਹੀਂ। 5079 ਦੇ ਵਿੱਚ ਪੂਰੀ ਦੁਨੀਆ ਖਤਮ ਹੋ ਜਾਵੇਗੀ, ਇੱਥੇ ਇੱਕ ਵੀ ਸ਼ਖਸ ਜਿਹੜਾ ਹੈ ਉਹ ਨਹੀਂ ਬਚੇਗਾ, ਇੱਕ ਵੀ ਸ਼ਖਸ ਦਾ ਬਚਣਾ ਮੁਸ਼ਕਲ ਹੈ, ਅਤੇ ਇੱਕ ਵੀ ਸ਼ਖਸ ਜਿਹੜਾ ਹੈ ਉਹ ਨਹੀਂ ਬਚ ਪਾਏਗਾ। ਅਤੇ ਉਹ ਜਿਹੜਾ ਸ਼ਖਸ ਕੋਈ ਨਹੀਂ ਬਚੇਗਾ, ਉਹਦਾ ਮਤਲਬ ਹੈ ਕਿ ਦੁਨੀਆ ਦਾ ਅੰਤ ਹੋ ਜਾਏਗਾ। ਪਰਮਾਤਮਾ ਹੀ ਕੋਈ ਫਿਰ ਐਸੀ ਕੁਦਰਤ ਰਚਾਏਗਾ ਜਿਸ ਦੇ ਨਾਲ ਦੁਨੀਆ ਜਿਹੜੀ ਹੈ ਦੁਬਾਰਾ ਤੋਂ ਮੁੜ ਸੁਰਜੀਤ ਹੋਵੇਗੀ, ਦੁਨੀਆ ਮੁੜ ਤੋਂ ਸੁਰਜੀਤ ਹੋਣੀ ਹੈ। ਸਾਧ ਸੰਗਤ, ਬਾਬਾ ਵੇਂਗਾ ਨੇ ਇੱਥੋਂ ਤੱਕ 2025, 2028 ਔਰ ਆਉਣ ਵਾਲੇ ਹੋਰ ਸਾਲਾਂ ਦੀਆਂ ਵੀ ਭਵਿੱਖਬਾਣੀਆਂ ਕੀਤੀਆਂ ਨੇ। 2033 ਦੇ ਵਿੱਚ ਧਰੂਵੀ ਬਰਫ਼ ਦੇ ਪਿਘਲਣ ਨਾਲ ਸਮੁੰਦਰ ਦੇ ਪੱਧਰ ਦੇ ਵਿੱਚ ਮਹੱਤਵਪੂਰਨ ਵਾਧਾ ਹੋਏਗਾ, ਇਹ ਵੀ ਉਹਨਾਂ ਨੇ ਗੱਲ ਕਹੀ ਹੋਈ ਹੈ, ਅਤੇ ਬਹੁਤ ਸਾਰੀਆਂ ਉਹਨਾਂ ਨੇ ਭਵਿੱਖਬਾਣੀਆਂ ਕੀਤੀਆਂ ਨੇ, ਅਤੇ ਆਪਾਂ ਇਸ ਗੱਲ ਨੂੰ ਨੋਟ ਕਰ ਸਕਦੇ ਹਾਂ, ਅਤੇ ਜੋ ਜੋ ਉਹਨਾਂ ਨੇ ਕਿਹਾ ਉਹ ਸੱਚ ਸਾਬਤ ਹੋਇਆ। ਪਰ ਜੇ ਆਪਾਂ ਵੇਖੀਏ ਵੀ ਜੋ ਉਹਨਾਂ ਨੇ ਕਿਹਾ ਹੋਇਆ ਉਹ ਸੱਚ ਸਾਬਤ ਹੋਵੇਗਾ, ਅਤੇ ਸਾਧ ਸੰਗਤ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਸਾਡੇ ਲੋਕ ਕਈ ਕਹਿੰਦੇ ਨੇ, ਗਲਤ ਕਮੈਂਟ ਵੀ ਕਰਦੇ ਨੇ ਵੀ ਇੱਦਾਂ ਨਹੀਂ ਹੁੰਦਾ ਜੀ, ਐਵੇਂ ਲੋਕਾਂ ਨੂੰ ਡਰਾਈ ਜਾਂਦੇ ਆ ਜੀ, ਇਹ ਹੋ ਰਿਹਾ, ਜੋ ਹੋ ਰਿਹਾ। ਸਾਧ ਸੰਗਤ, ਡਰਾਉਣਾ ਨਹੀਂ, ਇਹ ਸੱਚਾਈ ਹੈ, ਅਤੇ ਜੋ
ਹੋ ਚੁੱਕੇ ਹੈ ਉਹਨੂੰ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਆਪਾਂ ਮੰਨ ਕੇ ਚੱਲਦੇ ਵੀ ਇਹ ਸਭ ਕੁਝ ਹੋਏਗਾ ਤੇ ਸਾਨੂੰ ਉਹਦੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨੇ, ਇਹਨੂੰ ਚੀਜ਼ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਵੀ ਹਾਂ ਐਂ ਕੀ ਹੁੰਦਾ ਜੀ, ਐਂ ਤਾਂ ਚੱਲਦਾ ਹੀ ਰਹਿੰਦਾ ਜੀ। ਇਹ ਨਾ ਵੇਖੋ, ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਵੱਲ ਵੇਖੋ, ਝਾਤ ਮਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।